नीति ये पानी दे दे। नीति ये पानी दे दे। नीति ये ले आ पानी। की होए बेबे तेनु सारा दिन खंगी जन्नी आ। एवें आ टीवी टूवी जो होर किसे नु करेंगी तेरे भांडे उद्दू अड रखने पेंदे आ। ਨੀ ਹੋਰ ਕੀ ਆਪਦੀ ਜਾਨ ਨੂੰ ਰੋਵਾਂ ਕੀ ਹੋਇਆ ਤੈਨੂੰ ਹੁਣ ਤਾਂ ਤੈਨੂੰ ਦਵਾਈ ਦਵਾਈ ਹੈ ਬੇਬੇ ਕੱਲ ਤਾਂ ਦਵਾ ਕੇ ਲੈ ਤੈਨੂੰ ਕੀ ਹੋਇਆ ਤੇਰੀ ਖੰਗ ਹੀ ਨਹੀਂ ਠੀਕ ਆਉਂਦੀ ਪੁੱਤ ਮੈਨੂੰ ਦਾਖਲ ਕਰ ਲਓ ਮੇਰੀ ਤਾਂ ਜਾਨ ਮੈਂ ਨਹੀਂ ਬਚਦੀ ਹੁਣ ਕਿੰਨਾ ਕੁ ਤੈਨੂੰ ਦਾਖਲ ਕਰੀ ਜਾਈਏ ਹੁਣ ਕੱਲ ਤਾਂ ਤੇਰੇ ਪੈਸੇ ਲੱਗ ਗਏ ਮੁੰਡਿਆਂ ਉਹ ਮੁੰਡੇ ਨੂੰ ਬੁਲਾ ਲਾ ਮੈਨੂੰ ਤਾਂ ਦਾਖਲ ਕਰ ਲਓ ਕਿੱਥੋਂ ਤੈਨੂੰ ਦਾਖਲ ਕਰ ਲਈਏ ਰੋਜ਼ ਉਤਰ ਤੇ ਰੋਜ਼ ਦੋ ਸਿਆਪਾਗਾ ਜਿਹੜੀ ਆਉਂਦੀ ਹੈ ਪੂਰਾ ਫਸਲ ਤੇਰੇ ਤੇ ਲਾ ਦਿੰਨੇ ਅਸੀਂ ਅੱਜ ਤਾਂ ਜੂੜੀ ਖੜਿਆ ਫਿਰ ਕੁਛ ਬਸ ਉਹ ਤਾਂ ਤੇਰੇ ਜੋਗਾ ਹੀ ਰਹਿ ਗਿਆ ਫਿਰ ਤੇਰੇ ਤਾਂ ਬਿਮਾਰੀ ਹੋਣੀ ਲੋਟ ਆਉਂਦੀ ਕਦੇ ਤੇਰੇ ਗਿੱਟੇ ਗੋਡੇ ਦੁਖਣ ਲੱਗ ਗਏ ਕਦੇ ਤੈਨੂੰ ਖੰਗ ਆ ਗਈ ਕਦੇ ਤੈਨੂੰ ਕੁਛ ਹੋ ਗਿਆ ਮੇਜਰ ਕਦੋਂ ਕਹੂਗਾ ਧੀਏ ਕੰਮ ਤੇ ਗਿਆ ਬੇਬੇ ਉਹ ਤੇਰੇ ਵਾਸਤੇ ਵਿਹਲਾ ਨਹੀਂ ਹੈਗਾ ਹੁਣ ਅਸੀਂ ਕੰਮ ਵੀ ਕਰਨਾ ਉਹਨੇ ਫੇਰ ਹੀ ਕੁਛ ਖਾਵਾਂਗੇ ਆ ਤੇਰੀ ਦਵਾਈਆਂ ਨਹੀਂ ਪੂਰੀਆਂ ਹੁੰਦੀਆਂ ਸਾਥੋਂ ਤਾਂ ਲਾ ਲਾ ਉਹਨੂੰ ਸੱਦ ਲਾ ਉਹ ਵੇਲਾ ਨਹੀਂ ਹੈਗਾ ਹੁਣ ਤਾਂ ਜਦੋਂ ਛੁੱਟੀ ਮਿਲੂਗੀ ਉਹਦੀ ਆਊਗਾ ਕੰਮ ਤੇ ਤੇਰੇ ਵਾਸਤੇ ਤੇਰੇ ਤਾਂ ਰੋਜ਼ ਦਾ ਹੀ ਕੰਮ ਆ ਉਹਨੂੰ ਮੈਨੂੰ ਲੈ ਜੂ ਆਉਣ ਵਾਲਾ ਹੀ ਆ ਟਾਈਮ ਹੋ ਗਿਆ ਹੁਣ ਉਹਦਾ ਫੋਨ ਕਰ ਲੈ ਉਹਨੂੰ ਗੱਡੀ ਚਲਾਉਂਦਾ ਹੁਣ ਰਾਹ 'ਚ ਕਿੱਥੋਂ ਬਿੰਦ ਝੱਟੇ ਤੇਰਾ ਫੋਨ ਚੱਕੇ ਉਹ ਉਹ ਆ ਗਿਆ ਆ ਕੇ ਤੁਸੀਂ ਮੈਂ ਫੋਨ ਦੇ ਕੇ ਕਮੇ ਖੱਪੀ ਕਿੱਥੇ ਚਲੀ ਗਈ ਬੇਬੇ ਦੱਸ ਲੈ ਜਾ ਅੱਜ ਤਾਂ ਮੈਨੂੰ ਮੇਰੀ ਤਾਂ ਜਾਨ ਵਾਲੀ ਸੂਲੀ ਤੇ ਆ ਅੱਜ ਨਹੀਂ ਮੈਂ ਬਚਦੀ ਕੱਲ ਸੂਲੀ ਤੇ ਸਾਰੇ ਪੈਸੇ ਤੇਰੇ ਸੂਲੀ ਤੇ ਆ ਜੋ ਤੇ ਤਾਂ ਗੂੰ ਗੂੰ ਕਰਦੀ ਰਹਿਣੀ ਆ ਇਹ ਪੁੱਛ ਨਾ ਕੁਸੇ ਤਾਂ ਨਿੱਤ ਦਾ ਸਿਆਪਾ ਸਾਰਾ ਦਿਨ ਮੈਂ ਜਾਣ ਕੇ ਕਰਦੀ ਆ ਮੈਂ ਕੀ ਜਾਣ ਕੇ ਕਰਦੀ ਆ ਕੀ ਆਪਦੀ ਜਾਨ ਨੂੰ ਰੋਵਾਂ ਇੱਕ ਮਿੰਟ ਨਹੀਂ ਮੈਨੂੰ ਬੈਠਣ ਦਿੰਦੀ ਲਿਆ ਦੇ ਪਾਣੀ ਲਿਆ ਦੇ ਚਾਹ ਲਿਆ ਦੇ ਦਵਾਈ ਸਾਰਾ ਦਿਨ ਮੇਰੇ ਤੇ ਇਹੀ ਨਹੀਂ ਲੋਟ ਆਉਂਦੀ ਹੈਗੀ ਹੁਣ ਤਾਂ ਡੇੜੀ ਤਾਂ ਕੰਜਰਖਾਨਾ ਹੋ ਗਿਆ ਇਹ ਰੋਜ਼ ਦਾ ਕੰਜਰਖਾਨਾ ਹੋ ਗਿਆ ਇਹਦਾ ਤਾਂ ਮੈਂ ਦੱਸ ਦਵਾਈ ਦਵਾਈ ਪਰ ਇਹਨੂੰ ਛੱਡਿਆ ਆਪ ਦੀ ਨੂੰ ਕਿਤੇ ਮੈਥੋਂ ਨਹੀਂ ਲੋਟ ਆਉਂਦੀ ਭਾਈ ਉਹਨੇ ਮੈਨੂੰ ਵੀ ਬਿਮਾਰੀ ਲਾਉਗੀ ਦੇਖੋ ਆਪਣੇ ਕੋਲ ਤਾਂ ਸਾਫ ਜੀ ਗੱਲ ਹੈ ਮੇਰੇ ਤੋਂ ਹੀ ਸਾਂਭੀ ਜਾਂਦੀ ਠੀਕ ਹੈ ਟੀਵੀ ਇਹਨੂੰ ਹੋਇਆ ਵੈ ਜਾਂ ਤਾਂ ਇੱਥੇ ਮੈਂ ਰਹੂੰਗੀ ਜਾਂ ਫਿਰ ਇਹ ਰਹੂੰਗੀ ਠੀਕ ਹੈ ਬੁੜੀ ਮੈਥੋਂ ਨਹੀਂ ਤੂੰ ਸਾਂਭੀ ਜਾਂਦੀ ਠੀਕ ਹੈ ਉਹਦਾ ਕਿਤੇ ਮਰਜ਼ੀ ਜਾ ਕਿਤੇ ਮਰਜ਼ੀ ਰਹਿ ਮੈਥੋਂ ਨਹੀਂ ਤੇਰਾ ਸਿਆਪਾ ਹੁੰਦਾ ਨਹੀਂ ਤੇਦਾ ਕੰਜਰਖਾਨਾ ਠੀਕ ਹੈ ਹੁਣ ਮੈਨੂੰ ਨਹੀਂ ਪਤਾ ਕਿਤੇ ਮਰਜ਼ੀ ਜਾ ਟੱਟੇ ਖੂਚ ਜਾ ਮੈਨੂੰ ਨਹੀਂ ਪਤਾ ਚੱਲ ਖੜੀ ਹੋ ਆਪਣੇ ਜੀ ਨਾ ਕਰ ਅਰੇ ਹੋਇਆ ਹੁਣ ਚੱਲ ਖੜੀ ਹੋ ਨਾ ਪੁੱਤ ਮੇਰੇ ਨਾਲ ਆਇਆ ਨਾ ਕਰੋ ਹੋਰ ਕਿਵੇਂ ਕਰੀਏ ਫਿਰ ਤੇਰੇ ਨਾਲ ਤਾਂ ਨਿੱਤ ਦਾ ਸਿਆਪਾ ਚੱਲ ਆ ਪਾਣਾ ਬਰਾ ਹੈ ਰੰਬੜੇ ਕਿਤੇ ਮਰਜ਼ੀ ਰਹਿ ਚੱਲ ਹੁਣ ਖਾਪੜੇ ਨਹੀਂ ਆ ਠੀਕ ਹੈ ਕਿਤੇ ਮਰਜ਼ੀ ਰਹਿ ਉਹਦੀ ਕੁੜੀਆਂ ਕੋਲ ਰਹਿ ਕਿਤੇ ਹੋਰ ਰਹਿ ਰਿਸ਼ਤੇਦਾਰੀ ਚ ਰਹਿ ਦਫਾ ਹੋ ਜਾ ਜਿੱਦਾਂ ਤੁਸੀਂ ਨਹੀਂ ਰੱਖਿਆ ਹੋਰ ਚੱਲ ਸਾਨੂੰ ਨਹੀਂ ਬਸ ਹੱਥੋਂ ਨਹੀਂ ਤੂੰ ਰੱਖੀ ਜਾਂਦੀ ਤੈਨੂੰ ਟੀਵੀ ਤੈਨੂੰ ਹੋਈ ਪਈ ਆ ਹੋਰ ਕਿਸੇ ਨੂੰ ਕਰੇਂਗੀ ਚੱਲ ਤੂੰ ਚੱਲ ਮੈਂ ਕਿੱਥੇ ਜਾਵਾਂ ਸ਼ੁਕਰ ਹੈ ਤੂੰ ਖੜਾ ਛੁੱਟਾ ਟੀਵੀ ਸੀ ਇਹਨੂੰ ਪਰ ਹੋਰ ਜਵਾਕਾਂ ਨੂੰ ਕਰਦੀ ਚਲੋ ਵਧੀਆ ਹੋ ਗਿਆ ਤਪਾ ਕੇ ਮਾਰ ਰੱਖੀ ਸੀ ਇਹਨੂੰ ਤਾਂ ਮੈਂ ਦੋ ਹੀ ਨਹੀਂ ਤੇ ਚੈਨ ਨਾ ਕਰੇ ਮੈਂ ਕਿੱਥੇ ਜਾਵਾਂ ਇੰਨੇ ਲਾਡਾ ਨਾ ਪਾਲਿਆ ਸੀ ਹੁਣ ਮੈਂ ਕਿੱਥੇ ਜਾਵਾਂ ਕਿੱਧਰ ਜਾਵਾਂ ਮੁੰਡੇ ਮਾਂ ਕਰ ਲੱਗ ਕੇ ਘਰੋਂ ਕੱਢਤਾ ਇੰਨੇ ਲਾਡਾ ਨਾ ਰੱਖਿਆ ਹੋਇਆ ਸੀ ਬੇ ਪੁੱਤ ਤੇਰੇ ਕੋਲ ਫੋਨ ਹੈਗਾ ਹਾਂ ਹੈਗਾ ਜੀ ਮਾੜਾ ਜਿਹਾ ਨੰਬਰ ਲਾਈ ਮੈਨੂੰ ਲੈ ਜਾ ਪੁੱਤ ਮੇਰੇ ਨੂੰਹ ਤੇ ਪੁੱਤ ਨੇ ਤਾਂ ਮੈਨੂੰ ਘਰੋਂ ਕੱਢਤਾ ਹਾਂ
ਪੁੱਤ ਮੈਨੂੰ ਲੈ ਜਾ, ਮੈਂ ਤਾਂ ਬੱਸ ਸਟੈਂਡ ਖੜੀ ਆ, ਆਹੋ ਮੈਨੂੰ ਉੱਥੋਂ ਆ ਕੇ ਲੈ ਜਾ। ਹਾਂ ਆ ਜਾ ਆ ਜਾ, ਚੰਗਾ ਮੈਂ ਇੱਥੇ ਬੈਠੀ ਆ। ਚੰਗਾ ਪੁੱਤ ਚੰਗਾ, ਲੈ ਪੁੱਤ ਕੱਟ ਦੇ, ਲੈ ਪੁੱਤ ਨੰਬਰ, ਜਿਉਂਦਾ ਰਹਿ ਪੁੱਤ। ਕੋਈ ਨਾ, ਮੈਂ ਹੈਗਾ ਨਾ, ਤੂੰ ਕਿਉਂ ਡਰਦੀ? ਆ ਜਾ ਤੂੰ ਮੇਰੇ ਨਾਲ ਚੱਲ, ਮੈਂ ਕਰਾਂ ਤੇਰਾ ਸਾਰਾ ਖਰਚਾ, ਮੈਂ ਦਵਾ ਕਰੂੰ ਤੇਰੇ ਨਾਲ, ਮੇਰੇ ਨਾਲ ਚੱਲ। ਦਿਮਾਗ ਤੇ ਟੈਨਸ਼ਨ ਪਾ ਰੱਖੀ ਆ ਬਿਨਾਂ ਗੱਲ ਤੋਂ। ਆ ਜਾ ਲੈ ਮੈਨੂੰ ਫੜਾ ਦੇ ਝੋਲ, ਮੈਂ ਹੈਗਾ ਨਾ ਤੇਰਾ ਪੁੱਤ, ਕਿਉਂ ਟੈਨਸ਼ਨ ਲੈ? ਸੋਚ ਨਾ ਕਰੋ, ਇਹੋ ਜੇ ਪੁੱਤ ਤਾਂ ਸਭ ਨੂੰ ਦੇ ਵੇਖੋ ਮੇਰੇ। ਪੁੱਤ ਜੀ ਨੇ ਮੈਨੂੰ ਘਰੋਂ ਕੱਢਤਾ ਨੂੰਹ ਦੇ ਮਾਂਗਰ ਲੱਗ ਕੇ, ਪਾਣੀ ਪੀ ਖੜੀ ਹੋ, ਕਿਉਂ ਰੋਈ ਇੰਨੇ? ਉਹੀ ਤੂੰ ਕਿਉਂ ਟੈਨਸ਼ਨ ਲੈਤੀ ਆ? ਅਸੀਂ ਹੈ ਗਿਆ ਨਾ ਪੁੱਤ, ਤਾਂ ਫੇਰ ਵੀ ਆਪਦਾ ਵੜ ਕੇ ਖੜ ਗਿਆ। ਅਸੀਂ ਹੈ ਗਿਆ ਨਾ ਤੇਰਾ ਪੁੱਤੀਆ, ਮੈਂ ਬਗਾਨਾ ਪੁੱਤ ਨਾ ਕਹਿ, ਮੈਂ ਫੋਨ ਲਾਉਣਾ ਸੀ ਕਿ ਨੂੰ ਕਰਦਾ ਫੋਨ, ਜਲਦੀ ਆ ਜੂਨੂੰ ਕਹਿ ਦਿੰਦਾ ਅੱਜ ਮੈਂ। ਹੈਲੋ ਹੈਲੋ, ਹਾਂ ਪ੍ਰੀਤੀ, ਉਹ ਮਾਂ ਆਈ ਆ ਘਰੇ, ਬਿਮਾਰ ਆ ਥੋੜ੍ਹੀ, ਤੂੰ ਜਲਦੀ ਆ ਜੀ। ਹਾਂ ਉਹਨੂੰ ਦਵਾਈ ਦਵੂਈ ਦਵਾਉਣੀ ਆ ਤੇ ਨਾਲੇ ਉਹਨੂੰ ਰੋਟੀ ਰਾਟੀ ਬਣਾ ਦੇ ਆ ਕੇ। ਆ ਜਾ ਪ੍ਰੀਤੀ ਜਲਦੀ, ਨਾਲੇ ਤਾਂ ਆਪਾਂ ਨੂੰ ਮਾਂ ਨੂੰ ਹੋਸਪਿਟਲ ਲੈ ਕੇ ਜਾਣਾ, ਦਵਾਈ ਦਵੂਈ ਦਵਾ ਕੇ ਲਿਆਉਣੀ ਆ, ਮਾੜਾ ਜਿਹਾ ਜਲਦੀ ਆ ਜੀ। ਦਿਨ ਤਾਂ ਪ੍ਰੀਤੀ ਲੱਗ ਹੀ ਜਾਣਗੇ, 10-15 ਦਿਨ ਤਾਂ ਰਹੂਗੀ ਹੁਣ ਇਹ ਦਵਾਈ ਆ। ਚੱਲ ਤੂੰ ਹਾਂ ਵਾਲੀਆਂ ਗੱਲਾਂ ਨਾ ਮਾਰਨ, ਮਾੜਾ ਜਲਦੀ ਆ ਜਾ ਇੱਥੋਂ ਆਪਦਾ ਕੰਮ ਨਿਪਟਾ ਕੇ। ਠੀਕ ਆ ਠੀਕ, ਚੱਲ ਮਾਂ ਤੂੰ ਟੈਨਸ਼ਨ ਨਾ ਲੈ, ਉਰੇ ਤਾਂ ਗਰਮੀ ਵਾਲੀ ਆ, ਤੂੰ ਅੰਦਰ ਆ ਜਾ, ਮੈਂ ਤੈਨੂੰ ਏਸੀ ਲਾ ਕੇ ਦਿੰਦਾ, ਉੱਥੇ ਪੈ ਜਾ ਠੰਡੀ, ਉਰੇ ਤਾਂ ਵਾਲੀ ਗਰਮੀ ਆ। ਆਇਆ ਮਾਤਾ ਤੂੰ ਟੈਨਸ਼ਨ ਲਈ ਬੈਠੀ ਹੋ ਤਾਂ ਚੰਗਾ ਰਹਿ ਪੁੱਤ, ਲੰਮੀਆਂ ਉਮਰਾਂ ਮਾਣੇ। ਆ ਜਾ ਕਿਉਂ ਟੈਨਸ਼ਨ ਲੱਗੀ? ਹੁਣ ਬੇਬੇ ਵੀ ਆ ਗਈ, ਹੁਣ ਮੈਨੂੰ ਬੇਬੇ ਦਾ ਵੀ ਕਰਨਾ ਪਊਗਾ, ਮੈਂ ਤਾਂ ਜਾਣ ਔਖੀ ਹੋ ਗਈ, ਹੁਣ ਜੋਬ ਦਾ ਵੀ ਕਰੋ, ਹੁਣ ਬੇਬੇ ਦਾ ਵੀ ਕਰੋ। ਵਿੱਕੀ ਨੂੰ ਵੀ ਸੋਚਣਾ ਚਾਹੀਦਾ ਹੈਗਾ ਵੀ ਇਹ ਵੀ ਪ੍ਰੀਤੀ ਥੱਕ ਜਾਂਦੀ ਆ। ਚਲੋ ਦੇਖਦੇ, ਇੰਨਾ ਟਾਈਮ ਤਾਂ ਮੈਂ ਰਹਿਣ ਨਹੀਂ ਦੇਣਾ, ਮੈਂ ਤਾਂ ਮੈਂ ਜਲਦੀ ਤੋਰੂੰ, 2 ਦਿਨਾਂ 'ਚ ਹੀ ਤੋਰੂੰ ਦਵਾਈ ਦਵੂਈ ਦਵਾ ਕੇ। ਮੈਂ ਦੇਖੋ ਵਿਆਹ ਕਿੱਡਾ ਵੱਡਾ ਲਿਆਂਦਾ ਇਹਨੇ ਤਾਂ, ਮੈਂ ਤਾਂ ਜਾਣ ਔਖੀ ਕਰਤੀ ਇਹਨੇ ਤਾਂ, ਹਰ ਦੂਜੇ ਦਿਨ ਤੀਜੇ ਦਿਨ ਤੁਰ ਪੈਂਦੇ, ਜੇ ਉੱਧਰੋਂ ਮੁੰਡਾ ਡੱਕਰ ਦਾ ਤਾਂ ਇੱਧਰ ਆ ਜਾਂਦੀ ਹੈਗੀ, ਮੈਂ ਕੀ ਕਰਾਂ? ਇੱਕ ਤਾਂ ਇਹਨੇ ਜਾਣ ਔਖੀ ਕਰਤੀ ਹੈ, ਇੱਕ ਤਾਂ ਮੈਂ ਜੋਬ 'ਤੇ ਵੀ ਕਰਦੀ, ਇੱਕ ਵਿੱਕੀ ਖੁਦ ਵੀ ਇਹਨੂੰ ਆਪ ਨੂੰ ਵੀ ਤਾਂ ਸੋਚਣਾ ਚਾਹੀਦਾ ਵੀ ਮੈਂ ਕਿਹੜੇ ਮੂੰਹ ਤੋਂ ਆ ਰਹੀ ਹਾਂ, ਆ ਜਾਂਦੀ ਦਵਾਈਆਂ ਦਵੂਈਆਂ ਲੈਣ ਨੂੰ, ਸਾਰਾ ਕੁਛ ਕਰਨ ਨੂੰ, ਮੈਂ ਤਾਂ ਜਾਣ ਔਖੀ ਕਰਤੀ ਇਹਨਾਂ ਨੇ, ਮੈਂ ਕੀ ਕਰਾਂ? ਮੈਂ ਤਾਂ ਖੁਦ ਥੱਕੀ ਇਹਨੂੰ, ਮੈਂ ਘਰ ਦਾ ਵੀ ਕੰਮ ਕਰਾਂ, ਰਾਮੂ ਕਿੰਨਾ ਕੁ ਕੰਮ ਕਰਦਾ ਹੈਗਾ, ਉਹ ਤਾਂ ਆਪ ਕੰਮ ਚੋਰ ਦਿਨੇ ਦਿਨੇ ਬਣੀ ਜਾਂਦਾ ਹੈਗਾ। ਮੈਨੂੰ ਪਾਣੀ ਦੀ ਪਿਆਸ ਲੱਗਿਆ, ਰਾਮੂ ਰਾਮੂ ਪਾਣੀ ਲੈ ਕੇ ਆਈ, ਰੋਟੀ ਰੋਟੀ ਬਣਾ ਦੀ, ਕਿਆ ਹੋ ਗਿਆ ਯਾਰ, ਵੀ ਕਿੱਥੇ ਬਣਾ ਦੀ ਆਈ ਰਾਮੂ, ਬਸ ਪੁੱਛ ਨਾ, ਬਸ ਥੱਕ ਗਈ ਮੈਂ ਤਾਂ, ਗਰਮੀ ਜ਼ਿਆਦਾ ਨਾ ਜੀ, ਰਾਮੂ ਪਾਣੀ ਲੈ ਕੇ ਪਹਿਲਾਂ ਖੜ ਜਾ ਕਰ, ਜਦੋਂ ਮੈਨੂੰ ਆਉਣਾ ਹੁੰਦਾ ਤਾਂ ਟਾਈਮ ਪਤਾ, ਨਾਲੇ ਰੋਟੀ ਰੋਟੀ ਬਣਾ ਦੀ ਨਾ। ਹਾਂਜੀ ਹਾਂਜੀ ਠੀਕ ਆ, ਆ ਗਈ ਪ੍ਰੀਤੀ।
ਨਾ ਤੂੰ ਆਖੀ ਮੜਾ ਜਿਹਾ ਟਾਈਮ ਲੈਣਾ ਟਾਈਮ ਨਾਲ ਮੈਂ ਕੀ ਆਵਾਂ ਮੈਨੂੰ ਇਹ ਗੱਲ ਦੱਸੋ ਕਿੱਧਰੋਂ ਆ ਗਈ ਤੁਹਾਡੀ ਮੰਮੀ ਹੈ ਮੈਂ ਕਿੱਥੋਂ ਕੀਦਾ ਕਰਾਂ ਮੈਂ ਉਧਰ ਵੀ ਕੰਮ ਕਰਾਂ ਉਹ ਬਿਮਾਰ ਆ ਬਿਮਾਰ ਤਾਂ ਮੈਨੂੰ ਵੀ ਤਾਂ ਪਤਾ ਹੀ ਬਿਮਾਰ ਹੋ ਮੈਂ ਕਿੱਥੇ ਕਰਾਂ ਤੁਸੀਂ ਆਪ ਵੀ ਤਾਂ ਦੇ ਲਓ ਮੈਂ ਬਾਹਰ ਕੰਮ ਤੇ ਵੀ ਜਾਂਦੀ ਹੁੰਨੀ ਆ ਕਿੱਥੇ ਤੱਕ ਘਰ ਦਾ ਵੀ ਰਸਤੇ 'ਚ ਖੜੀ ਸੀ ਮਾਂ ਰਸਤੇ 'ਚ ਖੜੀ ਸੀ ਪਰ ਪਾ ਉਧਰ ਹੀ ਭੇਜ ਦਿੰਦੇ ਉਹ ਤਾਂ ਹੀ ਤੋੜ ਦਿੰਦੇ ਜ਼ਰੂਰੀ ਸੀ ਇੱਧਰ ਲੈ ਕੇ ਆਉਣਾ ਸੀਗਾ ਕਿ ਜ਼ਰੂਰੀ ਸੀ ਮਾਂ ਇਕੱਲੀ ਖੜੀ ਸੀ ਰਸਤੇ 'ਚ ਮਾਂ ਇਕੱਲੀ ਖੜੀ ਸੀ ਮੈਨੂੰ ਨਹੀਂ ਪਤਾ ਹੈਗਾ ਇਹਨੂੰ ਮੈਂ ਨਹੀਂ ਰੱਖਦੀ ਹੈਗਾ ਇਹਨੂੰ ਤੁਸੀਂ ਭੇਜ ਦਿਓ ਬਸ ਮੇਰੇ ਕੋਲ ਤਾਂ ਸਿੱਧੀ ਜੀ ਗੱਲ ਆ ਕਿਉਂ ਹਾਂ ਮੈਂ ਕਹਤਾ ਤੁਸੀਂ ਆਪਦੀ ਮੰਮੀ ਨੂੰ ਲੈ ਜਾਓ ਉੱਥੋਂ ਬਸ ਮੇਰੀ ਗੱਲ ਸੁਣੋ ਤੁਸੀਂ ਆਪਦੀ ਮਾਂ ਨੂੰ ਲੈ ਲਓ ਠੀਕ ਹੈ ਨਾ ਦਵਾਈ ਦਵੂਈ ਦਵਾ ਲਓ ਦਵਾਈ ਦਵਾਈ ਤਾਂ ਲੈਣੀ ਸੀ ਹਾਂ ਲੈਣੀ ਸੀ ਫਿਰ ਦਵਾਈ ਦਵਾ ਕੇ ਭੇਜ ਦੋ ਮੈਨੂੰ ਨਹੀਂ ਪਤਾ ਹੈਗਾ ਦਵਾਈ ਦਵਾ ਤਾਂ ਲੈ ਕੇ ਚਲੋ ਉਹਨਾਂ ਨੂੰ ਜਾ ਕੇ ਲੈ ਜਾਓ ਛੱਡ ਕੇ ਆਓ ਵੀ ਉਹ ਦੱਸ ਦਿੰਦੇ ਮੈਨੂੰ ਨਹੀਂ ਪਤਾ ਹੈਗਾ ਕੁਝ ਵੀ ਗੱਲ ਤਾਂ ਸੁਣ ਲੈ ਮੈਂ ਕੋਈ ਗੱਲ ਨਹੀਂ ਸੁਣਦੀ ਹੈਗੀ ਲੈ ਕੇ ਜਾਓ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਗੁੱਸਾ ਨਾ ਚੜਾਓ ਤੇ ਮੈਂ ਪਹਿਲੇ ਬਹੁਤ ਤੱਪ ਕੇ ਆਈ ਹੋਈ ਆ ਮੈਨੂੰ ਕੁਝ ਨਹੀਂ ਪਤਾ ਮੈਂ ਕੋਈ ਗੱਲ ਨਹੀਂ ਸੁਣਦੀ ਮੈਂ ਕੁਝ ਵੀ ਨਹੀਂ ਸੁਣਨਾ ਜੋ ਸੁਣੂਗੀ ਬਾਅਦ ਚ ਸੁਣੂਗੀ ਪਹਿਲਾਂ ਮੰਮੀ ਨੂੰ ਛੱਡ ਕੇ ਆਓ ਦਿਨ ਫਿਰ ਮੈਂ ਸੁਣੂਗੀ ਨਹੀਂ ਤਾਂ ਮੇਰੀ ਗੱਲ ਮੈਂ ਕੁਝ ਨਹੀਂ ਸੁਣਿਆ ਪਹਿਲਾਂ ਮੰਮੀ ਨੂੰ ਛੱਡ ਕੇ ਆਓ ਬਸ ਫਿਰ ਮੈਂ ਸੁਣੂਗੀ ਜੋ ਸੁਣਨਾ ਹੁਣ ਮੇਰੇ ਕੋਲ ਇੱਕ ਸ਼ਬਦ ਵੀ ਨਹੀਂ ਬੋਲਣੀ ਹੈਗੀ ਬਸ ਜਾਓ ਛੱਡਿਆ ਉਮਰੀ ਗੱਲ ਤਾਂ ਸੁਣ ਮੈਂ ਕੁਝ ਨਹੀਂ ਸੁਣਨਾ ਉੱਠਣਾ ਉੱਠੋ ਜਾਓ ਛੱਡ ਕੇ ਤੂੰ ਮੇਰੀ ਗੱਲ ਤਾਂ ਸੁਣ ਮੈਂ ਕੋਈ ਗੱਲ ਨਹੀਂ ਸੁਣਦੀ ਹੈਗੀ ਮੈਂ ਜੌਬ ਤੋਂ ਉੱਥੇ ਵੀ ਜਾਂਦੀ ਹੈਗੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਂਦੀ ਹੈਗੀ ਮੈਂ ਉੱਥੋਂ ਵੀ ਕੰਮ ਇੰਨਾ ਥੱਕ ਮਾਰ ਕੇ ਮੇਰੀ ਗੱਲ ਤਾਂ ਸੁਣ ਦਵਾਈਆਂ 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 'ਚ ਪੈਸੇ ਮੈਂ ਤਾਂ ਆਪਦੀ ਕੁਛ ਅੱਜ ਤੱਕ ਕੁਛ ਬਣਾਇਆ ਹੀ ਨਹੀਂਗਾ ਤੁਸੀਂ ਦਵਾਈਆਂ 'ਚ ਫੂਕਦੇ ਮੈਂ ਨਾ ਮੇਰੀ ਗੱਲ ਤਾਂ ਸੁਣ ਲੈ ਮੈਂ ਕੁਛ ਨਹੀਂ ਸੁਣਦੀ ਹੈਗੀ ਹੈ ਪੈਸੇ ਤਾਂ ਦਵਾਈ ਦਵਾ ਦਿਓ ਨਹੀਂ ਤਾਂ ਉਹਨਾਂ ਨੂੰ ਭੇਜ ਦਿਓ ਉਹ ਬਿਮਾਰ ਸੀ ਮਾਂ ਤਾਂ ਲੈ ਕੇ ਆਇਆ ਮੈਂ ਫਿਰ ਦਵਾਈ ਦਵਾ ਕੇ ਉੱਥੇ ਤੋੜ ਦਿੰਦੇ ਵਾਪਸ ਜ਼ਰੂਰੀ ਸੀ ਲੈ ਕੇ ਆਏ ਸੀਗੇ ਵਾਪਸ ਤੋੜ ਦਿੰਦੇ ਇਹ ਵੀ ਤਾਂ ਉਸੇ ਦਾ ਘਰ ਹੀ ਆ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਖਰਚੇ ਚੱਕੇ ਜਾਂਦੇ ਮੈਂ ਖੁਦ ਵੀ ਇੰਨਾ ਥੱਕ ਜਾਂਦੀ ਹਾਂ ਕਿ ਮੈਂ ਤਾਂ ਖੁਦ ਤੇ ਮੈਨੂੰ ਨਹੀਂ ਚੱਕੇਦਾ ਘਰ ਦਾ ਖਰਚਾ ਇੱਧਰ ਹੁਣ ਮੈਂ ਕਰ ਲੂ ਸੇਵਾ ਮਾਤਾ ਦੀ ਤੂੰ ਨਾ ਕਰੀ ਤੁਸੀਂ ਲੈ ਲਓ ਬਸ ਸਿੱਧੀ ਜੀ ਗੱਲ ਮੇਰੀ ਕੁੜੀ ਇਹੋ ਜੀ ਆ ਬਗਾਨੇ ਪੁੱਤ ਨੇ ਤਾਂ ਮੈਨੂੰ ਕੋਲੇ ਲਾ ਲਿਆ ਮੈਨੂੰ ਨਹੀਂ ਸੀ ਪਤਾ ਇਹ ਜੀ ਨਿਕਲ ਗਈ ਤੂੰ ਕਿਉਂ ਹੀ ਮੇਰੀ ਗੱਲ ਤਾਂ ਸੁਣ ਲੈ ਮੰਮੀ ਤੂੰ ਕਿੱਧਰ ਆਈ ਆ ਕੀ ਹੋਇਆ ਮੰਮੀ ਸੁਣ ਲਿਆ ਮੈਂ ਸਾਰਾ ਕੁਛ ਹੈ ਤੂੰ ਤਾਂ ਮੇਰੀ ਨੂੰਹ ਨਾਲੋਂ ਵੀ ਤੇਰੀ ਨਿਕਲ ਗਈ ਹੈ ਕੀ ਹੋਇਆ ਮੰਮੀ ਮੈਨੂੰ ਨਹੀਂ ਪਤਾ ਸੀਗਾ ਕੀ ਨਹੀਂ ਪਤਾ ਸੀਗਾ ਤੈਨੂੰ ਮੈਨੂੰ ਤਾਂ ਲੱਗਾ ਵਿੱਕੀ ਦੀ ਮੰਮੀ ਆਈ ਹੋਈ ਹੈਗੀ ਆ ਮੈਨੂੰ ਕੀ ਪਤਾ ਸੀ ਤੁਸੀਂ ਆਏ ਹੋਏ ਹੋ ਨਾ ਜਿੰਨਾ ਦੁੱਖ ਤੇ ਮੇਰੇ ਆਉਣ ਦਾ ਹੋ ਗਿਆ ਜਿੰਨਾ ਤੈਨੂੰ ਖੁਸ਼ੀ ਦਾ ਨਾਮ ਤੇ ਚਾਹ ਚੜਿਆ ਵਿੱਕੀ ਦੀ ਮਾਂ ਮਾਂ ਨਹੀਂ ਹੈਗੀ ਪ੍ਰੀਤੀ ਤੂੰ ਹੀ ਮੇਰੀ ਮਾਂ ਨੂੰ ਸਮਝਦੀ ਹੈਗੀ ਮੈਂ ਤਾਂ ਸਾਰਿਆਂ ਨੂੰ ਮਾਂ ਆਪਦੀ ਸਪੜਾ ਕੇ ਰੱਖਦਾ ਮਾਂ ਨੂੰ ਵੀ ਮੈਨੂੰ ਨਹੀਂ ਤੂੰ ਹੀ ਨਹੀਂ ਸਮਝਦੀ ਹੈਗੀ ਵਿੱਕੀ ਮੈਨੂੰ ਮਾਫ ਕਰ ਦੋ ਕੀ ਮਾਫ ਕਰ ਦੇ ਆ ਜਾ ਮਾਂ ਤੂੰ ਬੈਠ ਮਾਰ ਤੂੰ ਮੈਨੂੰ ਨਹੀਂ ਪਤਾ ਸੀ ਮੰਮੀ ਬਸ ਪ੍ਰੀਤੀ ਰਹਿਣ ਦੇ ਤੂੰ ਮੈਨੂੰ ਨਹੀਂ ਪਤਾ ਸੀਗਾ ਫਿਰ ਮਾਮਾ ਤਾਂ ਸਾਂਝੀਆਂ ਹੁੰਦੀਆਂ ਨੇ ਸਭ ਦੀਆਂ ਕੰਮ ਲਈਏ ਕਹਿੰਦੇ ਫਰਕ ਨਹੀਂ ਰੱਖਣਾ ਚਾਹੀਦਾ ਹੁੰਦਾ ਮਾਮਾ ਚ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਆ ਜਾ ਉਰੇ ਬੈਠ ਮਾਂ ਤੂੰ ਕਹਿੰਦੀ ਕਿ ਸੱਸਾ ਨਾਲ ਨਹੀਂ ਆਇਆ ਕਰੀਦਾ ਹੁੰਦਾ ਬੈ ਜਾ ਬੈ ਜਾ ਪਹਿਲਾਂ ਆਪਣੀ ਨੇ ਕਿ ਖੱਟ ਲਿਆ ਸਵਾੜ ਚ ਮੇਰਾ ਜਲੂਸ ਕਰਤਾ ਚਲ ਮੰਮੀ ਤੂੰ ਟੈਨਸ਼ਨ ਨਾ ਮਾਂ ਮੈਨੂੰ ਪਤਾ ਨਹੀਂ ਸੀਗਾ ਅੱਜ ਤੋਂ ਬਾਅਦ ਨਹੀਂ ਮੈਂ ਗਲਤੀ ਕਰਦੀ ਮੇਰੇ ਨਾਲ ਕਿ ਵਿੱਕੀ ਦੀ ਮਾਂ ਨਾਲ ਵੀ ਨਹੀਂ ਕਰਨਾ ਵਿੱਕੀ ਦੇ ਮੱਝ ਮੈਂ ਤੈਨੂੰ ਮੇਰਾ ਦੁੱਖ ਲੱਗਿਆ ਵਿੱਕੀ ਨੂੰ ਨਹੀਂ ਲੱਗੂਗਾ ਕੋਈ ਨਾ ਮਾਂ ਮੈਨੂੰ ਮਾਫ ਕਰ ਦੋ ਔਰ ਮੈਨੂੰ ਤਾਂ ਗਲਤੀ ਹੋ ਗਈ ਬਹੁਤ ਵੱਡੀ ਮੈਨੂੰ ਨਹੀਂ ਪਤਾ ਸੀਗਾ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦਾ ਤੁਹਾਨੂੰ ਕਿੱਦਾਂ ਸਮਝਾਉਣਾ ਮੈਂ ਤੁਸੀਂ ਮੰਮੀ ਉਹ ਮੰਮੀ ਨੂੰ ਵੀ ਲੈ ਕੇ ਮੈਂ ਦੋਨੋਂ ਮੰਮੀ ਦੀ ਸੇਵਾ ਕਰੂੰਗੀ ਠੀਕ ਆ ਸੇਵਾ ਕਰ ਤੁਸੀਂ ਮੈਨੂੰ ਜੌਬ ਤੋਂ ਰੋਕਦੇ ਸਿਰ ਮੈਂ ਜੌਬ ਵੀ ਛੱਡ ਦੂੰਗੀ ਲੈ ਆਉਂਗਾ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਨਾ ਮੰਮੀ ਤੂੰ ਰੋਣਾ ਬਸ ਹੁਣ ਤੋਂ ਮੈਂ ਤੈਨੂੰ ਰੋਣਾ ਨਹੀਂ ਹੈਗਾ ਬਸ ਨਾ ਮੰਮੀ ਨਾ ਚੁੱਪ ਕਰ ਜਾ ਚਲ ਮੰਮੀ ਤੂੰ ਚੁੱਪ ਕਰ ਜਾ ਠੀਕ ਆ ਮੈਂ ਦਵਾਈ ਦਵਾਈ ਲੈ ਕੇ ਨਾ ਚਲ ਆਪਾਂ ਦਵਾਈ ਦਵਾ ਕੇ ਲੈ ਕੇ ਆਉਂਦੇ ਹਾਂ ਚਲ ਚਲ ਆਏ ਮੰਮੀ ਰੱਖ ਸਤਿ ਸ਼੍ਰੀ ਅਕਾਲ ਜੀ ਅਤੇ ਅਸਲਾਮ ਵਾਲੇਕੁਮ ਸਾਡਾ ਅੱਜ ਦਾ ਮੈਸੇਜ ਇਹ ਸੀ ਆਪਣੀ ਸੱਸ ਨੂੰ ਮਾਂ ਸਮਝਣਾ ਚਾਹੀਦਾ ਹੈਗਾ ਭਾਵੇਂ ਕੁਛ ਵੀ ਹੈ ਜਿਵੇਂ ਹੁਣ ਹੋਰਾਂ ਦੇ ਕਈ ਭੇਦਭਾਵ ਕਰਦੇ ਨੇ ਪਰ ਆਪਣੀ ਜੋ ਸੱਸ ਹੁੰਦੀ ਉਹਨੂੰ ਆਪਣੀ ਮਾਂ ਸਮਝੋ ਠੀਕ ਆ ਉਹ ਜ਼ਿਆਦਾ ਪਿਆਰ ਦਊਗੀ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਦਊ ਜੇ ਆਪਾਂ ਉਹਨੂੰ ਖੁਸ਼ ਰੱਖਾਂਗੇ ਤਾਂ ਹੀ ਉਹ ਆਪਾਂ ਨੂੰ ਖੁਸ਼ ਰੱਖੂਗੀ ਅੱਜ ਜਿਵੇਂ ਮੈਂ ਇਹਨਾਂ ਨਾਲ ਭੇਦਭਾਵ ਕੀਤਾ ਇਹਨਾਂ ਨੂੰ ਸੱਚ ਦਾ ਪਤਾ ਦਿਲ ਬਹੁਤ ਦੁੱਖਦਾ ਹੁੰਦਾ ਵੀ ਸੱਚ ਵੀ ਮੇਰੀ ਨੂੰਹ ਐਵੇਂ ਮੇਰੇ ਨਾਲ ਕਰਦੇ ਨੇ ਪਰ ਸਾਨੂੰ ਐਂ ਕਰ ਰਹੇ ਨੇ ਇਹ ਅੱਜ ਕੱਲ੍ਹ ਦੀ ਸੱਚਾਈ ਹੈ ਕੁਛ ਕੁ ਨੂੰਹਾਂ ਐਵੇਂ ਕਰਦੀਆਂ ਹੁੰਦੀਆਂ ਸਤਿ ਸ਼੍ਰੀ ਅਕਾਲ ਜੀ ਜੋ ਅੱਜ ਦਾ ਸਾਡਾ ਵੀਡੀਓ ਵਿੱਚ ਮੈਸੇਜ ਸੀ ਇਹ ਮੈਸੇਜ ਜੀ ਜੋ ਨੂੰਹਾਂ ਨੇ ਗੀਆਂ ਅਤੇ ਪੁੱਤ ਨੇ ਆਪਦੇ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਨੇ ਲੜਦੇ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਵੀ ਆਪਦੀਆਂ ਜੋ ਸੱਸਾਂ ਨੇ ਉਹਨਾਂ ਨੂੰ ਆਪਦੀ ਮਾਂ ਸਮਝ ਕੇ ਹੀ ਰੱਖਣਾ ਚਾਹੀਦਾ ਜੀ ਉੱਧਰੋਂ ਇੱਕ ਨੂੰਹ ਨੇ ਆਪਦੀ ਸੱਸ ਨੂੰ ਕੱਢਿਆ ਇੱਧਰ ਇੱਕ ਨੂੰਹ ਨੇ ਆਪਦੀ ਸੱਸ ਨੂੰ ਸਮਝਿਆ ਵੀ ਮੇਰੀ ਸੱਸ ਹੈ ਪਰ ਉਹਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਹੈ ਇੱਦਾਂ ਨਹੀਂ ਕਰਨਾ ਚਾਹੀਦਾ ਜੀ ਸੱਸਾਂ ਨੂੰ ਵੀ ਆਪਦੀਆਂ ਮਾਵਾਂ ਸਮਝਣਾ ਚਾਹੀਦਾ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੀ
जो सानू कमेंट कर दीजिए उन्होंने नाम है मोहसिन कमलप्रीत सिंह मीनाक्षी जस्सी हरमन सिंह नवजोत कौर उमेन तो अमरीक धालीवाल हरप्रीत कौर संगरूर रामगढ़िया बॉयज सस सिद्धू जस सिद्धू सिंह अर्पित सतपाल सिंह हरदीप ढिलो परमजीत अमृतसर तो रोमाना मणि परमजीत पम्मा जसमीन दिलप्रीत चहल रली तो गुरकीरत सिंह संदीप यूएसए तो बलजीत सिंह परमिंदर सिंह धालीवाल भारत शर्मा मनोज वारदबास तो दुबई तो नदीम खान रिंपी कौर हरमन कुमार मधु अंजलि साहेनेवाल सिमरनजीत कौर रितु आनंद इन्हों का थैंक यू जी ये बहुत वधिया कमेंट करते हैं इस तरह सानू कमेंट करते रहिए थैंक यू धन्यवाद तू सच मुच रानी माँ तू सच मुच रानी तू सच मुच रानी माँ तू सच मुच रानी माँ मामा दियां ठंडियां छावां विच एजे साधु संत फकीर पले गुरु नानक ते दशमेश पिता गोदी विच भगत कबीर पले मामा दियां ठंडियां छावां विच एजे साधु संत फकीर पले गुरु नानक ते दशमेश पिता गोदी विच भगत कबीर पले मैं की होर मिसाल देवा मैं की होर मिसाल देवा आ जांदी याद कहानी माँ माँ तू सच मुच रानी माँ